घर चले गए ने आई ना मारी ਇੱਥੇ ਕਿਸੇ ਦੀ ਜ਼ਰੂਰਤ ਹੈ ਲੱਤਾਂ ਬੰਦੇ ਸਾਨਾਂ ਦੀਆਂ ਮੈਂ ਮੇਰੀ ਦੁਆ ਹੈ ਅੱਲਾ ਤੁਹਾਨੂੰ ਕੱਲੇ ਕੱਲੇ ਨੂੰ ਨਰਗਸ ਦੇਵੇ ਯਕੀਨ ਕਰੋ ਦੇਖੋ ਤੁਹਾਡੇ ਮੁਕੱਦਰ ਨਰਗਸ ਤੁਹਾਨੂੰ ਕੁਛ ਦੇਵੇ ਜਾਂ ਨਾ ਦੇਵੇ ਮੈਨੂੰ ਨਹੀਂ ਕਹਿਣਾ ਤੁਹਾਨੂੰ ਮੈਂ ਦੱਸਦਾ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ 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 ਉਕਾੜਾ ਓ ਮਾਈ ਵੇਚੋ ਉਕਾੜਾ ਭਾਈ ਫੇਰ ਪੱਤੋ ਕੀ ਲਾਓ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਦੋ ਸੀਟਾਂ ਲੈਣੀਆਂ ਨੇ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਬੈਠੋ ਲਾ ਭੁੱਲਦੀ ਨਹੀਂ ਛੇ ਬੱਚਿਆਂ ਦੀ ਮਾਂ ਨਾ ਕੋਈ ਖਰਚਾ ਨਾ ਕੋਈ ਪਰਚਾ ਨਾਲੇ ਉਹਦੀ ਆਪਣੀ ਸੀ ਥਾਂ ਬੈਠੋ ਲਾ ਭੁੱਲਦੀ ਨਹੀਂ ਛੇ ਬੱਚਿਆਂ ਦੀ ਮਾਂ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਆਹ ਬੜਾ ਜ਼ਾਲਮ ਹੀ ਹੈ ਜਿਹੜਾ ਪਰਾਂ ਖਲੋਤਾ ਹੈ ਆਹ ਹੈ ਜ਼ਾਲਮ ਮੇਰਾ ਆਹ ਵੇਖ ਲੈਟਰੀਨ ਦਾ ਹਿੱਸਾ ਵੀ ਢਿੱਡ 'ਚ ਰੱਖ ਕੇ ਫਿਰ ਰਹੀ ਹੈ ਆਹ ਵੇਖ ਲੈ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਉਕਾੜਾ ਪੱਤੋ ਕੀ ਭਾਈ ਫੇਰੂ ਲਾਰ ਅਸਲ ਜੀ ਮੈਂ ਕੈਲੰਡਰ ਆ ਜੀ ਤੇ ਮੈਂ ਇੱਥੇ ਸੁਣਿਆ ਤੁਹਾਡੀਆਂ ਬੱਚੀਆਂ ਯੰਗ ਹੋ ਗਈਆਂ ਨੇ ਉਹਨਾਂ ਨੂੰ ਇੱਕ ਅਦਦ ਮਰਦ ਦੀ ਜ਼ਰੂਰਤ ਪੈ ਗਈ ਹੈ ਓਏ ਸ਼ਾਦੀ ਕਰਨੀ ਮੈਂ ਆਪਣੀ ਬੱਚੀਆਂ ਦੀ ਓਏ ਮੈਂ ਤੇਰੇ ਸਦਕੇ ਜਾਵਾਂ ਦਿਲ ਤਾਂ ਕਰਦਾ ਮੈਂ ਤੈਨੂੰ ਵੀ ਜੰਗਲ 'ਚ ਲੈ ਜਾਵਾਂ ਹਾਏ ਨੋ ਕਿਉਂ ਜੇ ਜੰਗਲ 'ਚ ਸ਼ੇਰ ਆ ਗਿਆ ਤੇ ਈਜ਼ੀ ਹੋ ਜਾ ਸ਼ੇਰ ਹੁਣ 5 ਸਾਲ ਤੇ ਨਹੀਂ ਹੁੰਦਾ ਇਹ ਭਾਈ ਫੇਰੂ ਲਾਓ ਉਕਾੜਾ ਪੱਤੋ ਕੀ ਭਾਈ ਫੇਰੂ ਲਾਓ ਉਕਾੜਾ ਪੱਤੋ ਕੀ ਭਾਈ ਫੇਰੂ ਲਾਓ ਸ਼ਰਮ ਜਿਆ ਨਾ ਆਵੇ ਤੇ ਕੀ ਹੋਇਆ ਜੀ ਮੇਰੀ ਨੌਜਵਾਨ ਨਸਲ ਜੀ ਇਹ ਦੱਸ ਤੇਰਾ ਮਾਂ ਪਿਓ ਹੈ ਲੈ ਮਾਂ ਪਿਓ ਹੈ ਤੇ ਮੈਂ ਦੁਨੀਆ ਦੇ ਆਇਆ ਹੋਰ ਮੈਂ ਸੋਫੇ 'ਚ ਜੰਮਿਆ ਹੈ ਪਾਗਲ ਆ ਗਈ ਹੈ ਅੱਛਾ ਕਿੰਨਾ ਕਮਾ ਲੈਣਾ ਮੈਂ ਕੋ ਦਿਹਾੜੀ ਦੇ 4 ਕੋ ਫੇਰੇ ਲਾ ਲੈਣਾ ਗੱਲ ਹੋਰ ਸਮਝ ਰਹੀ ਹੈ ਤੇ ਮੈਂ ਹੋਰ ਕਰ ਰਿਹਾ ਸਮਝ ਆਈ ਨਾ ਫੇਰੇ ਦਾ ਮਤਲਬ ਫੇਰਾ ਦਾ ਮਤਲਬ ਇੱਕ ਵਾਰੀ ਜਾਵੀਦਾ ਵਾਪਸ ਆਈਦਾ ਫਿਰ ਜਾਈਦਾ ਇੰਜ ਕਰਕੇ 4 ਫੇਰੇ ਕਿਸੇ ਵੇਲੇ ਸਪੈਸ਼ਲ ਵੀ ਚਲੇ ਜਾਈਦਾ ਆ ਵੇ ਚਾਹ ਜਾਂਦਾ ਕੋਈ ਮੌਸਮ ਸ਼ਾਦੀਆਂ ਦਾ ਮੌਸਮ ਵਾਵਾ ਲੱਗਦਾ ਹੈ ਅੱਛਾ ਇਹ ਬੱਸਾਂ ਤੇਰੀਆਂ ਆਪਣੀਆਂ ਨੇ ਬੱਸਾਂ ਆਪਣੀਆਂ ਨਹੀਂ ਇਹ ਅੱਲਾ ਦੀਆਂ ਨੇ ਮੈਂ ਤਾਂ ਵਿੱਚ ਨੌਕਰੀ ਕਰਨਾ ਜੀ ਕੈਲੰਡਰ ਆ ਅੱਛਾ ਕਾੜਾ ਪੱਤੋ ਕੀ ਭਾਈ ਅਸਮਾਨ ਉੱਤੇ ਰੱਖੋ ਵੀ ਅਸਲ ਦੇ ਵਿੱਚ ਨਾ ਆਦਤ ਬਣੀ ਹੈ ਨਾ ਮੂੰਹ ਨਿਕਲ ਜਾਂਦਾ ਹੈ ਅੱਛਾ ਜਿਹੜਾ ਫੇਰਾ ਲਾਣਾ ਆ ਫੇਰਾ ਜਿਹੜਾ ਮੈਂ ਲਾਉਣਾ ਹਾਂ ਇਹ ਕਿੰਨੇ ਚ ਪੈਂਦਾ ਤੈਨੂੰ ਏ ਮੈਨੂੰ ਅੱਲਾ ਮਾਫ ਕਰੇ ਬੜਾ ਮੁਸ਼ਕਲ ਪੈਂਦਾ ਹੈ ਮੈਂ ਤੈਨੂੰ ਕੀ ਹਾਂਜੀ ਇੱਕ ਫੇਰੇ ਚ ਕਿੰਨੇ ਪੈਸੇ ਕਮਾ ਲਏ ਉਹ ਹੀ ਦੱਸ ਰਿਹਾ ਤੇਰਾ ਜ਼ਿਹਨ ਹੀ ਗੰਦਾ ਹੈ ਮੈਂ ਉਹ ਦੱਸ ਰਿਹਾ ਵੀ ਇੱਕ ਫੇਰੇ ਦੇ ਵਿੱਚ ਮੈਨੂੰ ਮਿਲਦਾ ਜਨਾਬ 250 ਰੁਪਇਆ 250 ਰੁਪਇਆ ਹਾਂਜੀ ਤੇ ਗਾਹਕ ਦੇ ਵਿੱਚੋਂ ਸਵਾਰੀ ਦੇ ਵਿੱਚੋਂ ਵੀ ਟੁਕੜਾ ਹੁੰਦਾ ਹੈ ਅੱਛਾ ਫਿਰ ਜਾ ਕੇ ਟੋਟਲ ਇਹ ਬਣਦਾ ਹੈ ਕੋਈ 250 ਕੀ ਟੁੱਕਿਆ ਤੂੰ ਹਾਂ ਨਹੀਂ ਮੀਡੀਆ ਦਾ ਕਿੰਨਾ ਕਮਾਉਣਾ ਚਾਹੁੰਦਾ ਮਹੀਨਾ ਦਾ ਮੈਂ ਕੁਝ 35,000 ਰੁਪਇਆ ਕਮਾ ਲੈਣਾ 35,000 ਹਾਂਜੀ ਤੇ ਬੱਚੀ ਵੀ ਤੇਰੇ ਕੋਲ ਹੈ ਜਾਂ ਮੇਰਾ ਐਵੇਂ ਟੈਸਟ ਲਈ ਜਾਂਦੀ ਹੈ ਅੱਛਾ ਤੁਸੀਂ ਮੇਰਾ ਖਿਆਲ ਅੱਛਾ ਮੈਂ ਸਮਝਿਆ ਕਹਾਂ ਵਾ ਠੀਕ ਹੈ ਓਕੇ ਹੋ ਗਿਆ ਓਕੇ ਹੋ ਗਿਆ ਅੱਛਾ ਕਾਸ਼ਮ ਮੈਨੂੰ ਤੇਰੀ ਗੱਲਾਂ ਤੋਂ ਲੱਗ ਰਿਹਾ ਕਿ ਤੂੰ ਸਾਦਾ ਤਬੀਅਤ ਹੈ ਬੜਾ ਸਾਦਾ ਤਬੀਅਤ ਹੈ 2 ਨੰਬਰ ਤੇ ਨਹੀਂ ਅੱਲਾ ਮਾਫ ਕਰੇ ਤੂੰ 4 ਵਾਲੀ ਸੀਟ ਤੇ ਹੋ ਛੱਡ ਪਰਾਂ ਦੁਨੀਆ ਜ਼ਮਾਨਾ ਬੀਵੀ ਆ ਓ ਸਿਰ ਥੱਲੇ ਕਰ ਲੈ ਕੋ ਢਾਣ ਆ ਰਹੀ ਥੱਲੇ ਕਰ ਲੈ ਤੂੰ ਬਹੁਤ ਵੈਸੇ ਨਾ ਬਕਵਾਸ ਕਰਨਾ ਪਿਆ ਵੇ ਮੈਂ ਬਕਵਾਸ ਨਹੀਂ ਕਰ ਰਿਹਾ ਮੈਂ ਸਹੀ ਕਹਿ ਰਿਹਾ ਤੂੰ ਮੈਨੂੰ 25 ਦਿਓ ਕੋਈ ਮੈਂ ਇਲੂ ਇਲੂ ਕਰਨਾ ਹੈ ਇਲੂ ਇਲੂ ਕੀ ਇਹ ਇਲੂ ਇਲੂ ਹੋਇਆ ਤਾਂ ਸਤਿਆਨਾਸ਼ ਹੋਇਆ ਨਾ ਤੇਰਾ ਇਲੂ ਇਲੂ ਹੁੰਦਾ ਅੱਛਾ ਮੇਰੀ ਗੱਲ ਸੁਣ ਮੇਰੀਆਂ ਨੇ 2 ਬੱਚੀਆਂ ਤੇ ਦੋਵੇਂ ਦੇ ਦੇ ਇੱਕ ਭੇਜ ਦੇ ਕਿ ਇੱਕ ਵੇਲੀ ਬੈਠੀ ਰਹੇਗੀ ਕਿੱਡਾ ਫੈੜਾ ਲੱਗੇਗਾ ਹੈ
ਉਹਨਾਂ ਦੋਵਾਂ ਚ ਇੱਕ ਪਸੰਦ ਕਰਨੀ ਹੈ ਤੋ ਅੱਛਾ ਇੱਕ ਪਸੰਦ ਕਰਨੀ ਪੈਣੀ ਹੈ ਤੇ ਜੇ ਦੂਜੀ ਵੀ ਨਾਲ ਮੈਂ ਕਰ ਲਵਾਂ ਤਾਂ ਫਿਰ ਦੋਵਾਂ ਦਾ ਪੈਕੇਜ ਹੈ ਤੁਹਾਡੇ ਕੋਲ ਚਪੇੜ ਮਾਰਾਂਗੀ ਤੇਰੇ ਇੱਕ ਹੀ ਕਰਨੀ ਪੈਣੀ ਓਕੇ ਠੀਕ ਘਰ ਸਾਡਾ ਆਪਣਾ ਵੇ ਘਰ ਤੁਹਾਡਾ ਆਪਣਾ ਠੀਕ ਮੇਰਾ ਘਰ ਹੈਗਾ ਵੇ ਮੇਰਾ ਘਰ ਕੋਈ ਨਹੀਂ ਜੀ ਯਕੀਨ ਕਰੋ ਕੀ ਮਤਲਬ ਮੈਂ ਤਾਂ ਕਿਸੇ ਵੇਲੇ ਛੱਤ ਤੇ ਸੌਣਾ ਤੇ ਕਿਸੇ ਵੇਲੇ ਥੱਲੇ ਸੌਣਾ ਚਲੋ ਇਹ ਵੀ ਟੈਨਸ਼ਨ ਮੁੱਕੀ ਤੂੰ ਇੱਥੇ ਘਰ ਜਵਾਈ ਬਣ ਕੇ ਰਹੇਗਾ ਬਸ ਠੀਕ ਹੈ ਬਸ ਸਵੇਰੇ ਮੈਨੂੰ 5 ਵਜੇ ਜਗਾ ਦੇਣਾ ਕਿਉਂਕਿ 6:30 ਵਜੇ ਪਾੜਾ ਟਾਈਮ ਨਿਕਲਦਾ ਮੇਰਾ ਇਹ ਦਰਵਾਜ਼ਾ ਮੈਨੂੰ ਲੇਟ ਨਹੀਂ ਕਰਨਾ ਮੈਂ ਤੁਹਾਨੂੰ ਦੱਸਦਾ ਸਮਝ ਆਈ ਜੇ ਅੱਛਾ ਹੁਣ ਆਰਾਮ ਨਾਲ ਬੋਲ ਓਕੇ ਆਰਾਮ ਨਾਲ ਅੱਛਾ ਦੂਜੀ ਗੱਲ ਹੈ ਤੀਜੀ ਮੇਰੀ ਬੱਚੀਆਂ ਦੇ ਸਾਹਮਣੇ ਆ ਭਾਈ ਫਿਰ ਕੀ ਕੁਆੜਾ ਨਾ ਕਰੀ ਇਹ ਮੇਰੀ ਜੌਬ ਹੈ ਮੈਂ ਭੁੱਲ ਨਹੀਂ ਸਕਦਾ ਮੇਰੀ ਗੱਲ ਸੁਣਨਾ ਮੈਂ ਕੋਸ਼ਿਸ਼ ਕਰਾਂਗਾ ਵੀ ਨਾ ਨਿਕਲੇ ਜੇ ਵਿੱਚੋਂ ਹਲਕਾ ਜਿਹਾ ਕੁਟੇਸ਼ਨ ਨਿਕਲਾਵੇ ਤਾਂ ਮੋਟ ਰੱਖਣੀ ਹੈ ਈਜ਼ੀ ਹੋ ਜਾਣਾ ਕਲੀਅਰ ਕਰ ਲੈਣਾ ਮਤਲਬ ਚੱਲ ਠੀਕ ਹੈ ਠੀਕ ਹੈ ਮੈਂ ਕਹਿ ਰਹੀ ਸਾਂ ਕਿ ਗੱਲ ਪਤਾ ਕੀ ਹੈ ਹਾਂ ਇਹ ਨਾ ਗੱਲ ਐਵੇਂ ਕਿਵੇਂ ਮੈਂ
ਨਹੀਂ ਆ ਵਾਵਾ ਖੁੱਦੂ ਬਣ ਜਾਂਦਾ 5 ਮਿੰਟ ਤੋਂ ਜ਼ਿਆਦਾ ਲੱਗਣਗੇ ਕੋਈ ਇੰਨਾ ਤਾਂ ਨਹੀਂ ਤੈਨੂੰ ਸਲਾਮੀਆਂ ਇੰਨੀਆਂ ਦੇ ਦੇਣੀਆਂ ਨੇ ਕਿ ਮੇਰੇ ਕੋਲ ਵਾਲੇਕਮ ਸਲਾਮ ਕਹਿਣ ਦਾ ਟਾਈਮ ਵੀ ਨਹੀਂ ਹੋਣਾ ਯਕੀਨ ਕਰ ਬੜੇ ਅੱਛਾ ਤੂੰ ਇਹ ਦੱਸ ਤੂੰ ਕੰਮ ਤੇ ਟਾਈਮ ਕਿੰਨਾ ਲਾਉਂਦਾ ਮੈਂ ਜੀ ਕਿਸੇ ਵੇਲੇ 1.5 ਘੰਟੇ ਦਾ ਫੇਰਾ ਹੁੰਦਾ ਕਿਸੇ ਵੇਲੇ 1.25 ਘੰਟੇ ਦਾ ਭਾਈ ਹੁੰਦਾ ਨਾ ਟਾਈਮ ਕਿਸੇ ਵੇਲੇ ਨਾਨ ਸਟਾਪ ਹੀ ਜਾਵੀਦਾ ਕਿਸੇ ਵੇਲੇ ਖਲੋਣਾ ਪਾਉਂਦਾ ਕਿਤੇ ਇਹ ਮਸਲਾ ਕੱਲ ਤੂੰ ਸਾਰੀ ਸਮੇਂ ਤੇਰਾ ਤੋਰ ਇਹ ਮਚੋਰ ਹੋਣ ਦੇ ਇਹ ਨੁਕਸਾਨ ਨੇ ਹਰ ਗੱਲ ਬਸ 1.5 ਘੰਟਾ ਤੂੰ ਕੰਮ ਕਰਨਾ ਜੀ ਹਾਂ ਨਹੀਂ ਨਹੀਂ 3-4 ਵਾਰੀ 1.5 ਘੰਟਾ ਕੰਮ ਕਰਨਾ 4 ਫੇਰੇ ਬਸ ਤੇ ਲਾਈਦੇ ਨੇ ਬਾ ਆਪਾਂ ਆਪਣਾ ਆਪਣੀ ਫੈਕਟਰੀ ਹੈ ਜੀ ਫੈਕਟਰੀ ਹਾਂ ਜੀ 72 ਸੀਟੀ ਫੈਕਟਰੀ ਹੈ ਆਪਣੀ ਮਾਸ਼ਾਅੱਲਾ ਅੱਲਾ ਦੀ ਰਹਿਮਤ ਨਾਲ 6 ਵੀਲ ਲੱਗੇ ਨੇ ਅੱਛਾ ਹਾਂ ਜੀ ਔਰ ਮੈਂ ਕੋਈ ਗਰੀਬ ਆਦਮੀ ਨਹੀਂ ਅੱਛਾ ਗੱਡੀ ਤੇ ਮੈਂ ਰੋਜ਼ ਬਦਲਣਾ ਉਹ ਕਿਵੇਂ ਓਬਰ ਇਸਤੇਮਾਲ ਕਰਨਾ ਅੱਛਾ ਟੈਨਸ਼ਨ ਨਹੀਂ ਕੋਈ ਨਹੀਂ ਕਿਸੇ ਜੀ ਦੱਸੋ ਇਹ ਬਿਲਕੁਲ ਭੁੱਖ ਹੈ ਇਹ ਤੇ ਬਿਲਕੁਲ ਨਹੀਂ ਵਿਆਹ ਵਾਸਤੇ ਠੀਕ ਬੰਦਾ ਨਹੀਂ ਉਹ ਤੂੰ ਪੈਸੇ ਵੀ ਨਹੀਂ ਕਮਾਉਂਦਾ ਇਹ ਕੀ ਕਹਿ ਰਹੀ ਹੈ ਇਹ ਬੰਦਾਰਾ ਅੱਛਾ ਕਮਾਉਂਦਾ ਵੈ ਅਸੀਂ ਮਜ਼ਾਕ ਕਰਦਾ ਪਿਆ ਵੇ ਪੈਸੇ ਨੂੰ ਤੂੰ ਕੀ ਕਰਨਾ ਜਦੋਂ ਮੈਂ ਤੈਨੂੰ 80 ਐਸੀ ਦੇ ਦੇਣੀ ਹੈ ਜ਼ਿੰਦਗੀ ਤਾਂ ਪਿਆਰ ਦਾ ਨਾਂ ਹੈ ਅੱਛਾ ਤੂੰ ਦੋਵਾਂ ਜੋ ਜਿੰਨੂੰ ਪਸੰਦ ਕਰਨਾ ਨਾ ਪੋਗਲਾ ਕਿਨੂੰ ਕਰਨਾ ਜੀ ਇਹ ਨਹੀਂ ਪਸੰਦ ਕਰਨਾ ਮੈਂ ਕਰਨਾ 1 ਮਿੰਟ ਓ ਇਕੜਾ ਮਿਕੜਾ ਛਿਜਣਾ ਜੂ ਸਿੱਕਾ ਵਾਲੀ ਬੋਤਲੀ ਫੜਾ ਦੇ ਕੁੜੀਏ ਤੂੰ ਆ ਠੀਕ ਹੈ ਮੈਨੂੰ ਵੀ ਜ਼ਰਾ ਕੋਈ ਜਿਹੜੀ ਨਾ 0 ਮੀਟਰ ਗੱਡੀ ਕਿਸੇ ਵੀ ਨਹੀਂ ਦਿੱਤੀ ਮੈਂ ਕਿ ਚਲੋ ਇੰਜੀ ਸਹੀ ਅੱਛਾ ਮੇਰੇ ਗਾ ਸੁਣੋ ਬੱਚਿਓ ਆਪ ਇਸ ਲਈ ਜੂਸ ਲੈ ਕਰ ਆਏ ਆਪ ਇਸ ਲਈ ਚਾਹ ਲੈ ਆ ਕੱਲੀ ਕੱਲੀ ਨੂੰ ਸਾਧ ਚੈੱਕ ਕਰੀਏ ਕੌਣ ਨੇ ਤੇ ਮੈਂ ਕੌਣ ਅੱਛਾ ਚਲੋ ਦੇਖਨੇ ਆ ਮਗਰ ਮੈਨੂੰ ਪਸੰਦ ਨਹੀਂ ਚੱਲ ਤੋ ਪੈਸੇ ਵੀ ਨਹੀਂ ਹੈ ਉਹ ਤੋ ਸ਼ਕਲ ਵੀ ਕੋਚੀ ਹੈ ਚੱਲ ਤੇਰੀ ਖਾਤਰ 4 ਫੇਰੇ ਵੱਧ ਲਾ ਲਾਂਗਾ ਹੋਰ ਕੀ ਹੈ ਜਿੱਥੇ 32 ਹੈ ਉੱਥੇ 70 ਹੋ ਜਾਸੀ ਅੱਲਾ ਦੀ ਰਹਿਮਤ ਨਾਲ ਅੱਛਾ ਫਿਰ ਮਹੀਨਾ ਕਿੰਨਾ ਬਣੇਗਾ ਮਹੀਨਾ ਕੀ ਲੱਖ ਰੁਪਇਆ ਮਹੀਨਾ ਮੈਂ ਤੈਨੂੰ ਦੇਵਾਂਗਾ ਛੱਡ ਦੇ 70,000 ਮੇਰਾ ਹਾਂ 30,000 ਦਾ ਮੈਂ ਬੰਦਾ ਲੈ ਆਵਾਂਗਾ ਬਸ ਇਜ਼ੀ ਹੋ ਜਾ ਤਾਂ ਓਕੇ ਕਰ ਬਸ ਛੱਡ ਦੇ ਇਜ਼ੀ ਮੁੱਕ ਗਈ ਗੱਲ ਜੀ ਲੱਖ ਦਾ ਤੇ ਇੱਕ ਫੇਰਾ ਵੀ ਨਹੀਂ ਲੱਗਦਾ ਲਓ ਜੀ ਠੀਕ ਹੈ ਉਹਨੇ ਉਹ ਵੈਸੀ ਗੱਲ ਕਰ ਰਹੀ ਹੈ ਬੱਚਾ ਅੱਛਾ ਵੈਸੇ ਸ਼ੁਗਰ ਮੇਲਾ ਕਰ ਰਹੀ ਮੈਨੂੰ ਪਿਆਸ ਲੱਗੀ ਹੈ ਤੁਹਾਡੇ ਘਰ 'ਚ ਕੋਈ ਟੂਟੀ ਨਹੀਂ ਚੱਲਦੀ ਜੀ ਇੱਥੇ ਤੇ ਗਾਇ ਗਾਇ ਤੇਰੀ ਮਾਂ ਗਾਇ ਤੇਰਾ ਪਿਓ ਕੱਟਾ ਨਹੀਂ ਗਾਇ ਕਿਹੜੀ ਓਏ ਉਹਨੇ ਕਿਹਾ ਮੁੰਡਾ ਹੈ ਅੱਛਾ ਮੁੰਡਾ ਠੀਕ ਹੈ ਆਹ ਮੁੰਡਾ ਕੰਜਾ ਕਾਇ ਮੈਨੂੰ ਆਪ ਹੀ ਸਮਝ ਆਉਂਦੀ ਕੀ ਬਾਤ ਹੈ ਮਸ਼ੀਨ ਤੇ ਚੰਗੀ ਹੈ ਤੇ ਉਹਦਾ ਕਿਰਦਾਰ ਵੀ ਅੱਛਾ ਹੈ ਬੈਠ ਜਾ ਬੈਠੋ ਗੱਲ ਮੁੰਡਾ ਕੀ ਹੈ ਤੇਰੇ ਵੀ ਨਹੀਂ ਠੀਕ